ਬਾਰਡਰ ਦੇ ਉੱਤੇ ਧਰਨਾ ਦੇ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਜੋ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਕੋਟ ਸਦਰ ਖਾਂ ਦੇ ਨਾਲ ਸੰਬੰਧ ਰੱਖਦੇ ਸਨ, ਕਿਸਾਨ ਜਰਨੈਲ ਸਿੰਘ ਦੀ ਤਬੀਅਤ ਵਿਗੜੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਉਹ ਪਿਛਲੀ 10 ਤਰੀਕ ਨੂੰ ਸ਼ੰਭੂ ਬਾਰਡਰ ਉੱਤੇ ਗਏ ਸਨ ਅਤੇ ਉਹਨਾਂ ਦੇ ਵੱਲੋਂ 20 ਤਰੀਕ ਤੱਕ ਧਰਨਾ ਦਿੱਤਾ ਜਾਣਾ ਸੀ। ਕਿਸਾਨੀ ਝੰਡੇ ਦੇ ਵਿੱਚ ਲਿਪੀ ਸ਼ਹੀਦ ਕਿਸਾਨ ਬਾਪੂ ਜਰਨੈਲ ਸਿੰਘ ਦੀ ਮ੍ਰਿਤਕ ਦੇਹ ਦਾ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਵੱਖ ਵੱਖ ਕਿਸਾਨ ਆਗੂਆਂ ਨੇ ਸ਼ਹੀਦ ਕਿਸਾਨ ਜਰਨੈਲ ਸਿੰਘ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਮੋਗਾ ਤੋਂ ਅੱਜ ਦੀ ਆਵਾਜ਼ ਦੇ ਲਈ ਦਲੀਪ ਕੁਮਾਰ ਦੀ ਰਿਪੋਰਟ। ਸਰ, ਅੱਜ ਇੱਕ ਬਾਰਡਰ ਦੇ ਉੱਪਰ ਮੌਤ ਹੋਈ ਹੈ ਕਿਸਾਨ ਜਰਨੈਲ ਸਿੰਘ ਦੀ, ਕੀ ਲੱਗਦੀ ਤੁਹਾਡੇ, ਕਿੱਥੋਂ ਦੇ ਰਹਿਣ ਵਾਲੇ? ਸਰ, ਇਹ ਮੇਰੇ ਦਾਦਾ ਜੀ ਲੱਗਦੇ ਸੀ ਜਿਹੜੇ ਕਿ ਪਿਛਲੇ 7-8 ਦਿਨ ਤੋਂ ਕਿਸਾਨੀ ਸੰਘਰਸ਼ ਦੇ ਵਿੱਚ ਗਏ ਸੀਗੇ। 2 ਦਿਨ ਪਹਿਲਾਂ ਉਹਨਾਂ ਨੂੰ ਛਾਤੀ ਦਰਦ ਦੀ ਪ੍ਰੋਬਲਮ ਆਈ, ਉਸ ਤੋਂ ਕੁਛ ਮੈਡੀਸਨ ਲਈ ਉਹਨਾਂ ਨੇ, ਪਰ ਉਹ ਨਹੀਂ ਰੁਕਿਆ। ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਇਹ ਕੱਲ੍ਹ ਆਏ ਆ ਕੇ, ਜਦੋਂ ਉਹਨਾਂ ਨੇ ਉੱਥੇ ਦੇਖਿਆ ਇਹ ਰਾਜਪੁਰ ਜਾ ਕੇ, ਉਹਨਾਂ ਦੇ ਹਾਲਾਤ ਕੋਈ ਜ਼ਿਆਦਾ ਸਹੀ ਨਹੀਂ ਸੀ, ਉੱਥੇ ਵਿਗੜ ਗਏ। ਉੱਥੇ ਇਹਨਾਂ ਦੇ ਨਾਲ ਕਿਸਾਨ ਜੈਬ ਸਿੰਘ ਮੇਰੇ ਪਿੰਡ ਦੇ ਕੋਟ ਦੇ ਸੀਗੇ, ਉਹਨਾਂ ਨੇ ਨਾਲ ਇਹਨਾਂ ਨੂੰ ਦਵਾਈ ਲੈ ਕੇ ਦਿੱਤੀ। ਉਸ ਵਾਰੀ ਜਦੋਂ ਪਿੰਡ ਆਏ, ਪਿੰਡ ਵੀ ਇਹਨਾਂ ਦੀ ਦਰਦ ਜਿਹੜੀ ਹੈਗੀ ਸੀ ਉਹ ਜ਼ਿਆਦਾ ਹੋ ਗਿਆ, ਸਿਹਤ ਵਿਗੜ ਗਈ ਇਹਨਾਂ ਦੀ। ਕੀ ਮੰਗ ਕਰਦੇ ਹਾਂ ਸਰ? ਮੰਗ ਅਸੀਂ ਕਰਦੇ ਹਾਂ, ਛੋਟਾ ਪਰਿਵਾਰ ਹੈ ਜੀ, 2-2.5 ਏਕੜ ਜ਼ਮੀਨ ਹੈ ਇਹਨਾਂ ਦੀ, ਅਤੇ ਕਰਜ਼ੇ ਦਾ ਜਿਹੜਾ ਹੈਗਾ ਇਹਨਾਂ ਨੂੰ ਮਹਿੰਗਾਈ ਕਰ ਕਰਜ਼ਾ ਕਾਫੀ ਚੜਿਆ ਹੋਇਆ। ਇਹਨਾਂ ਦੇ ਇਕੱਲੇ ਖਲੋਤੇ ਬੇਟੇ ਹੈਗੇ ਨੇ ਹੀਰਾ ਸਿੰਘ। ਸਰ, ਕੀ ਮੰਗ ਕਰਦੇ ਹਾਂ ਜੀ? ਇਹ ਮੰਗ ਕਰਦੇ ਹਾਂ ਜੀ, ਇਹਨਾਂ ਦੀ ਜਿਹੜੀ ਆਰਥਿਕ ਸਹਾਇਤਾ ਕੀਤੀ ਜਾਵੇ ਜਾਂ ਇਹਨਾਂ ਦੇ ਪਰਿਵਾਰ ਨੂੰ ਕੋਈ ਨੌਕਰੀ ਦਿੱਤੀ ਜਾਵੇ, ਕਿਉਂਕਿ ਇਹ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਹੀ ਕਰਜ਼ਾ ਚੜਿਆ ਇਹਨਾਂ ਦਾ। ਖੇਤੀਬਾੜੀ ਦਾ ਜਿਹੜਾ ਹੈਗਾ 2-2.5 ਏਕੜ ਜ਼ਮੀਨ ਹੈ ਇਹਨਾਂ ਕੋਲ, ਅਤੇ ਇਹ ਆਰਥਿਕ ਪੱਖ ਪਛੜਿਆ ਪਰਿਵਾਰ। ਪ੍ਰਧਾਨ ਜੀ, ਦੋ ਜਾਣਕਾਰੀ, ਅੱਜ ਇੱਕ ਕਿਸਾਨ ਸ਼ਹੀਦ ਹੋਇਆ ਆਪਣਾ, ਕਿਹੜੇ ਬਾਰਡਰ 'ਤੇ ਸੀ, ਕਦੋਂ ਗਏ ਸੀਗੇ ਜੀ? ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਾਪੂ ਜਰਨੈਲ ਸਿੰਘ ਜੀ ਪਿੰਡ ਕੋਟ ਸਦਰਗਾਂ ਤੋਂ ਸੀਗੇ, ਅਤੇ ਮੋਗੇ ਜ਼ਿਲ੍ਹੇ ਦੀ ਵਾਰੀ ਸੀਗੀ ਸ਼ੰਭੂ ਬਾਰਡਰ 'ਤੇ 10 ਤਰੀਕ ਤੋਂ ਲੈ ਕੇ 20 ਤਰੀਕ ਤੱਕ। ਅਤੇ ਇਹ 10 ਤਰੀਕ ਨੂੰ ਸਵੇਰੇ ਰਵਾਨਾ ਹੋਏ ਸੀ ਬੁੱਗੀਪੁਰੀ ਚੌਂਕ ਤੋਂ ਸ਼ੰਭੂ ਬਾਰਡਰ ਲਈ, ਅਤੇ ਕੱਲ੍ਹ ਸੁਬਹਾ ਇਹਨਾਂ ਨੇ ਉੱਥੇ ਕਿਹਾ ਵੀ ਮੈਨੂੰ ਥੋੜ੍ਹੀ ਜਿਹੀ ਤਕਲੀਫ ਹੈ, ਅਤੇ ਅਸੀਂ ਸੋਚਿਆ ਵੀ ਇਹਨਾਂ ਨੂੰ ਤੇਜ਼ਾਬ ਤੋਂ ਸ਼ਿਕਾਇਤ ਹੋਊਗੀ, ਅਤੇ ਤੇਜ਼ਾਬ ਦਾ ਕੈਪਸੂਲ ਦਿੱਤਾ, ਕਹਿੰਦੇ ਨਹੀਂ ਵੀ ਅਸੀਂ ਪਿੰਡ ਇਲਾਜ ਕਰਵਾਉਣਾ ਵਾ। ਅਤੇ ਜਦੋਂ ਇਹ ਬੱਸ ਬੈਠੇ ਤਾਂ ਇਹਨਾਂ ਦੀ ਰਾਜਪੁਰੇ ਤਬੀਅਤ ਬਿਲਕੁਲ ਵਿਗੜ ਗਈ ਆ, ਅਤੇ ਉੱਥੇ ਰਹਿਣ ਦੇ ਕਾਰਨ ਬਜ਼ੁਰਗ ਰਹਿੰਦੇ ਆ, ਮੱਛਰ ਆ, ਗਰਮੀ ਆ, ਹੋਮਸ ਹੈ, ਉਹਦੇ ਕਾਰਨ ਬਜ਼ੁਰਗਾਂ ਨੂੰ ਤਕਲੀਫ ਵੀ ਬਹੁਤ ਜ਼ਿਆਦਾ ਹੁੰਦੀ ਬਾਰਡਰ ਦੇ ਉੱਤੇ, ਅਤੇ ਸਰਕਾਰ ਦੇ ਕਾਰਨ ਇਹਨਾਂ ਦੀ ਮੋਰਚੇ ਦੇ ਵਿੱਚ ਤਬੀਅਤ ਵਿਗੜਨ ਦੇ ਕਾਰਨ ਇੱਕ ਹੋਰ ਕਿਸਾਨ ਦੀ, ਜਰਨੈਲ ਸਿੰਘ ਬਜ਼ੁਰਗ ਦੀ ਸ਼ਹੀਦੀ ਹੋਈ ਹੈ, ਜਿਹਦੀ ਸਿੱਧੀ ਸਿੱਧੇ ਤੌਰ 'ਤੇ ਸੈਂਟਰ ਸਰਕਾਰ ਜ਼ਿੰਮੇਵਾਰ ਹੈ। ਸਰਕਾਰਾਂ ਨੂੰ ਚਾਹੀਦਾ ਵੀ ਕਿਸਾਨਾਂ ਦੀ ਗੱਲਬਾਤ ਸੁਣੇ। ਉੱਥੇ ਬਜ਼ੁਰਗ ਮੱਛਰਾਂ ਦੇ ਵਿੱਚ ਬੈਠੇ ਆ, ਮੀਂਹ ਦੇ ਵਿੱਚ ਬੈਠੇ ਆ, ਗਰਮੀ ਦੇ ਵਿੱਚ ਬੈਠੇ ਆ, ਉਹਨਾਂ ਦੀ ਤਬੀਅਤ ਵਿਗੜਦੀ ਹੈ, ਅਤੇ ਬਹੁਤ ਸਾਰੇ ਕਿਸਾਨ ਪਹਿਲਾਂ ਵੀ ਸ਼ਹੀਦ ਹੋ ਚੁੱਕੇ, ਅਤੇ ਉਹਨਾਂ ਦੀ ਲੜੀ ਦੇ ਵਿੱਚ ਸਰਦਾਰ ਜਰਨੈਲ ਸਿੰਘ ਵੀ ਸ਼ਹੀਦ ਹੋ ਚੁੱਕੇ ਹਨ। ਕੀ ਮੰਗ ਕਰਦੇ ਆ ਸਰਕਾਰ ਤੋਂ? ਮੰਗ ਇਹੀ ਸਰਕਾਰਾਂ ਤੋਂ ਕਰਦੇ ਹਾਂ ਵੀ ਜੋ ਮਤਲਬ ਕਿ ਪਹਿਲਾਂ ਤਾਂ ਕਿਸਾਨਾਂ ਦੀ ਗੱਲ ਸੁਣੀ ਜਾਵੇ, ਅਤੇ ਦੂਜੀ ਉਹ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀਗਾ, ਅਤੇ ਸਰਕਾਰ ਨੂੰ ਚਾਹੀਦਾ ਵੀ ਇਹਦੀ ਜੋ ਸ਼ਹੀਦ ਪਰਿਵਾਰ ਦੀ ਮਦਦ ਬਣਦੀ ਆ, ਪੰਜਾਬ ਸਰਕਾਰ ਪਹਿਲਾਂ ਪਹਿਲ ਸਰਕਾਰ ਦਾ ਹੱਕ ਬਣਦਾ, ਪੰਜਾਬ ਸਰਕਾਰ ਦਾ ਵੀ ਸ਼ਹੀਦ ਜਰਨੈਲ ਸਿੰਘ ਦੇ ਪਰਿਵਾਰ ਦੀ ਵੱਧ ਤੋਂ ਵੱਧ ਉਹ ਮਦਦ ਕਰਨ। ਅਸੀਂ ਵੀ ਜਿਹੜੇ ਸੰਘਰਸ਼ ਕਮੇਟੀ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂਬਰ ਸੀ ਆ, ਅਸੀਂ ਪਰਿਵਾਰ ਦੇ ਨਾਲ ਖੜ੍ਹੇ ਹਾਂ। ਸਰਕਾਰਾਂ ਨੂੰ ਵੀ ਚਾਹੀਦਾ ਵੀ ਅਸੀਂ ਸਮੁੱਚੀ ਮਨੁੱਖਤਾ ਦੀ ਲੜਾਈ ਲੜਦੇ ਹਾਂ, ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜਦੇ ਹਾਂ, ਉਸ ਲੜਾਈ ਦੇ ਵਿੱਚ ਸਰਦਾਰ ਜਰਨੈਲ ਸਿੰਘ ਵੀ ਸ਼ਾਮਿਲ ਹੋ ਕੇ ਲੜ ਰਹੇ ਸੀਗੇ ਜਿਹੜੀਆਂ ਮਾਰੂ ਨੀਤੀਆਂ ਦੇ ਖਿਲਾਫ ਸਰਕਾਰ ਦੀਆਂ, ਅਤੇ ਉੱਥੇ ਇਹਨਾਂ ਦੀ ਸ਼ਹੀਦੀ ਹੋ ਗਈ ਆ, ਅਤੇ ਜੋ ਇਹਦੇ ਬਣਦੇ ਹੱਕ ਆ ਪਰਿਵਾਰ ਨੂੰ ਉਹ ਮਿਲਣੇ ਚਾਹੀਦੇ ਹਨ। ਸਰ, ਅੱਜ ਇੱਕ ਕਿਸਾਨ ਸ਼ਹੀਦ ਹੋਇਆ ਬਾਰਡਰ ਦੇ ਉੱਪਰ, ਕੀ ਕਹਿਣਾ ਚਾਹੋਗੇ, ਕਦੋਂ ਗਏ ਸੀ ਤੁਹਾਡੇ ਵੀ ਨਜ਼ਦੀਕੀ ਨੇ? ਬੜੇ ਦੁੱਖ ਦੀ ਗੱਲ ਹੈ,
2020 ਤੋਂ ਲੈ ਕੇ ਜਿਹੜੇ ਸਾਡੇ ਕਿਸਾਨ ਸੰਘਰਸ਼ ਕਮੇਟੀ ਹੈਗੀ ਆ ਜਾਂ ਜਿੰਨੀਆਂ ਵੀ ਕਿਸਾਨ ਦੀਆਂ ਜਥੇਬੰਦੀਆਂ ਉਹਨਾਂ ਦੇ ਚਾਹੇ ਦਿੱਲੀ ਧਰਨਾ ਚਾਹੇ ਸ਼ੰਭੂ ਧਰਨੇ ਦੀ ਗੱਲ ਕਰੀਏ, ਸਾਡੇ ਪੰਜਾਬ ਨੇ ਆਪਦੇ ਘੱਟੋ ਘੱਟ 1000 ਦੇ ਨੇੜੇ ਜਿਹੜੇ ਪਰਿਵਾਰਾਂ ਦੇ ਵਿੱਚ ਜਿਹੜੇ ਮੋਢੀ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਖੋਲ੍ਹੇ ਆ, ਅਤੇ ਉਹਦੇ ਵਿੱਚ ਸਭ ਤੋਂ ਵੱਡੀ ਤ੍ਰਾਸ਼ ਜਿਹੜੀ ਪੰਜਾਬ ਦੇ ਵਿੱਚ ਆ ਰਹੀ ਹੈਗੀ ਆ ਵੀ ਜਿਵੇਂ ਸਰਦਾਰ ਜਰਨੈਲ ਸਿੰਘ ਜਿਹੜੇ ਸਦਰਕੋਟ ਪਿੰਡ ਤੋਂ ਸੀਗੇ ਜਿਨ੍ਹਾਂ ਦੀ ਡਿਊਟੀ ਸੀ ਸ਼ੰਭੂ ਬਾਰਡਰ 'ਤੇ, ਮੈਂ ਵੀ ਕੁਛ ਦਿਨ ਪਹਿਲਾਂ ਲੰਘਿਆ, ਕੋਈ ਵੀ ਸਹੂਲਤ ਨਹੀਂ ਹੈ ਅਤੇ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਵੀ ਉੱਥੇ ਕੋਈ ਬਿਜਲੀ ਦੀ ਸਹੂਲਤ ਦਿੱਤੀ ਜਾਵੇ ਜਾਂ ਕੋਈ ਹੋਰ ਸਹੂਲਤ ਦਿੱਤੀ ਜਾਵੇ। ਕੋਈ ਕਿਸਾਨ ਕਿਹਦੇ ਵਾਸਤੇ ਲੜਦਾ? ਕਿਸਾਨ ਹਰ ਬਛਿੰਦੇ ਵਾਸਤੇ ਲੜਦਾ, ਹਰ ਉਸ ਵਾਸਤੇ ਲੜਦਾ, ਚਾਹੇ ਮਜ਼ਦੂਰ ਦੀ ਗੱਲ ਕਰ ਲਓ, ਕਿਸਾਨ ਦੀ ਗੱਲ ਕਰ ਲਓ, ਬਿਜ਼ਨਸਮੈਨ ਦੀ ਗੱਲ ਕਰ ਲਓ। ਜੇ ਕਿਸਾਨ ਆ ਤਾਂ ਉਹਦੀ ਬਿਜ਼ਨਸਮੈਨ ਹੈਗਾ। ਇਸ ਵਾਸਤੇ ਸਾਡੀ ਪੰਜਾਬ ਸਰਕਾਰ ਤੋਂ ਮੰਗ ਆ ਵੀ ਜੋ ਇਹਨਾਂ ਨਾਲ ਜਿਹੜੇ ਸਰਦਾਰ ਜਰਨੈਲ ਸਿੰਘ ਜੀ ਸ਼ਹੀਦ ਹੋਏ ਆ ਉੱਥੇ ਇਹਨਾਂ ਨੂੰ ਜੋ ਬਣਦਾ ਇਹਨਾਂ ਦਾ ਹੈਗਾ ਉਹ ਦਿੱਤਾ ਜਾਵੇ। ਇਹਨਾਂ ਦਾ ਗਰੀਬ ਪਰਿਵਾਰ ਆ, 2-3 ਏਕੜ ਇਹਨਾਂ ਦੀ ਜ਼ਮੀਨ ਆ, ਅਤੇ ਇਹਨਾਂ ਦੇ ਜਿਹੜੇ ਬੱਚੇ ਨੂੰ ਕਿਤੇ ਨਾ ਕਿਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ।